ਇਲੀਗਲ ਮਾਈਨਿੰਗ, ਸ਼ਰਾਬ ਦਾ ਕੰਮ, ਗੁੰਡਾਗਰਦੀ, ਇਹਨਾਂ ਦੇ ਤਸੀਲਾਂ ਮੇਰੇ ਵੀਰੋ, ਆਪਾਂ ਹਰ ਕੋਈ ਨਾ ਕੋਈ ਵਿਸ਼ਵਾਸ ਕਰਨਾ। ਹੁਣ ਗੁਰੂ ਮਹਾਰਾਜ ਸਾਹਿਬ ਨੂੰ ਆਦਰ ਨਾਦਰ ਕਰਕੇ ਬਾਅਦ ਖੜੀ ਕਰਕੇ ਦੱਸੋ ਕਿੰਨੇ ਗੁਣਾ ਰਿਸ਼ਵਤ ਥਾਣਿਆਂ ਤੇ ਤਸੀਲਾਂ ਚ ਬਣੀ, ਮੈਨੂੰ ਦੱਸੋ ਵਧੀਆ ਕਿ ਨਹੀਂ, ਦੱਸੋ ਨਾ ਕੋਈ ਹਾਂ ਮੂੰਹ ਤੇ ਕਰੋ ਕੋਈ ਵਧੀਆ ਕਿ ਨਹੀਂ। ਤੁਸੀਂ ਮੈਨੂੰ ਦੱਸੋ ਮੈਂ ਕਿਸ ਕਿਸਮ ਦੀ ਸਾਫ਼ ਸੁਥਰੀ ਰਾਜਨੀਤੀ ਲੈ ਕੇ, ਤੁਸੀਂ ਔਰਤਾਂ ਦੀ ਗੱਲ ਕਰ ਦੋ, ਸਾਡੀਆਂ ਭੈਣਾਂ ਮਾਤਾਵਾਂ ਬੈਠੀਆਂ, ਇਹਨਾਂ ਨੂੰ ਵਾਅਦਾ ਕੀਤਾ ਕੇਜਰੀਵਾਲ ਨੇ, ਭਗਵੰਤ ਮਾਨ ਨੇ, ਕਿ ਮੇਰੀ ਮਾਰੀ ਆ ਲੈ ਦੋ। ਅਸੀਂ ਪਹਿਲੇ ਮਹੀਨੇ ਤੋਂ, ਅਪ੍ਰੈਲ ਦੇ ਮਹੀਨੇ ਤੋਂ ਹਰ ਮਹੀਨੇ 1,000 ਰੁਪਈਆ ਹਰ ਔਰਤ ਨੂੰ 50-18 ਸਾਲ ਤੋਂ ਵੱਧ ਦੀ ਉਮਰ ਦੇ, ਅਸੀਂ ਇਹਨਾਂ ਨੂੰ ਇੱਕ ਪੈਨਸ਼ਨ ਦੇਵਾਂਗੇ, ਜਾਂ ਉਹਨੂੰ ਜਿਸ ਕਿਸਮ ਦਾ ਮਰਜ਼ੀ ਸ਼ਬਦ ਇਸਤੇਮਾਲ ਕਰ ਲਓ, 1,000 ਰੁਪਈਆ ਹਰ ਔਰਤ, 1 ਕਰੋੜ ਔਰਤ ਤੇ ਪੰਜਾਬ, ਅੱਧੀ ਵੋਟਰ 50% ਵੋਟਰ ਮੇਲ ਹੈ, 50% ਫੀਮੇਲ, ਬੰਦੇ ਨੇ ਤੇ ਔਰਤਾਂ ਨਾਂ ਤੱਕ ਨਹੀਂ ਲਿਆ। ਤੁਸੀਂ ਹੈਰਾਨ ਹੋਵੋਗੇ ਕਿ 13 ਦੇ ਵਿੱਚੋਂ ਇੱਕ ਵੀ ਕੈਂਡੀਡੇਟ ਔਰਤ ਹੈ ਨਹੀਂ ਇਹਨਾਂ ਦੀ ਮੈਂਬਰ ਆਫ ਪਾਰਲੀਮੈਂਟ। ਠੀਕ ਹੈ ਜੀ, ਅਸੀਂ ਔਰਤਾਂ ਨੂੰ ਬੜੀ ਇੱਜ਼ਤ ਮਾਨ ਤੇ ਸਨਮਾਨ ਦੇਣਾ ਚਾਹੁੰਦੇ। ਆ 4 ਦਿਨ ਪਹਿਲੇ 3 ਦਿਨ ਪਹਿਲੇ ਇੱਕ ਮੈਂਬਰ ਆਫ ਪਾਰਲੀਮੈਂਟ ਇਹਨਾਂ ਦੀ ਸਵਾਤੀ, ਉਹ ਕੇਜਰੀਵਾਲ ਦੇ ਘਰ ਗਈ, ਉਹਦੇ ਡਰਾਇੰਗ ਰੂਮ ਚ ਬੈਠੀ ਸੀ ਅਫੀਸ਼ੀਅਲ ਡਰਾਇੰਗ ਰੂਮ, ਕੇਜਰੀਵਾਲ ਦੇ ਪੀਏ ਨੇ ਉਹਨੂੰ ਬੇਇੱਜ਼ਤ ਕੀਤਾ, ਉਹਨੂੰ ਕੁੱਟਿਆ, ਉਹਨੂੰ ਮਾਰਿਆ, ਠੱਗਿਆ, ਦਰਜ ਹੋਈ ਅੱਜ ਮੇਰਾ ਖਿਆਲ ਉਹਦੇ ਪੀਏ ਦੀ ਅਰੈਸਟ ਹੋ। ਕੇਜਰੀਵਾਲ ਦੇ ਡਰਾਇੰਗ ਰੂਮ ਅਫੀਸ਼ੀਅਲ ਘਰ ਚ ਬੈਠੇ, ਉਹ ਵੀ ਰਾਜ ਸਭਾ ਦੀ ਮੈਂਬਰ, ਨੌਜਵਾਨ ਔਰਤ ਕੁਛ 45-50 ਸਾਲਾਂ ਦੀ, ਜਿਹੜੀ ਔਰਤਾਂ ਦੇ ਖਿਲਾਫ਼ ਜਿਹੜਾ ਸਾਰੇ ਦਿੱਲੀ ਜ਼ੁਲਮ ਹੁੰਦਾ, ਜਿਹੜੀ ਸਾਰਿਆਂ ਨੂੰ ਵੱਡੀ ਉਹਨਾਂ ਦੀ ਵਕੀਲ ਸੀ, ਉਹਨੂੰ ਪਹਿਲਾਂ ਰਾਜ ਸਭਾ ਦਾ ਮੈਂਬਰ ਬਣਾਇਆ। ਇਸ ਗੱਲ ਨਾਲ ਕੇਜਰੀਵਾਲ ਸਾਹਿਬ ਨਾਰਾਜ਼ ਸਨ ਕਿ ਜਦ ਕੇਜਰੀਵਾਲ ਅੰਦਰ ਦਿੱਤਾ, ਇਹ ਬਾਹਰਲੇ ਮੁਲਕ ਚਲੀ ਗਏ ਨੇ, ਕੋਈ ਬਿਆਨ ਕੇਜਰੀਵਾਲ ਦੇ ਹੱਕ ਚ ਨਹੀਂ ਦਿੱਤਾ। ਇਸ ਗੱਲ ਕਾਰਨ ਮੇਰਾ ਖਿਆਲ ਸੱਦ ਕੇ ਉਹਦੇ ਤੇ ਗੁੱਸਾ ਕੱਢੇ ਗਏ, ਇੱਕ ਔਰਤ ਨੂੰ ਉਹਦੇ ਬਿਆਨ ਨੇ ਕਿ ਮੈਨੂੰ ਬਹੁਤ ਮਾਰ ਕੁੱਟ ਹੋਈ ਤੇ ਸੱਟਾਂ ਉਹਨਾਂ ਪੋਰਸ਼ਨਸ ਤੇ ਹੋਈਆਂ ਜਿੱਥੇ ਨਹੀਂ ਹੋਈਆਂ। ਅੱਜ ਉਹਦੇ PNS ਕਰ ਲਏ। ਅਗਲੀ ਗੱਲ ਮੈਂ ਅਪੀਲ ਤੇ ਕਹਿਣਾ ਚਾਹੁੰਦਾ, ਵੇਖੋ ਸਾਡੀ ਗੱਲ ਕਿਸ ਪ੍ਰਤੀ, ਮੈਜੋਰਟੀ ਸਿੱਖ ਸੂਬਾ ਹੈ, ਦਸਮ ਪਿਤਾ ਦਾ ਜਦੋਂ ਇਹਨਾਂ ਨੇ 1699 ਦੇ ਵਿੱਚ ਸਿੱਖ ਪੰਥ ਦੀ ਸਿਰਜਣਾ ਕੀਤੀ, ਇਹਨਾਂ ਦਾ ਇੱਕ ਹੁਕਮ ਸੀ ਕਿ ਜਿਹੜਾ ਮੇਰਾ ਸਿੱਖ ਹੋਏਗਾ ਉਹਨੂੰ ਆਪਣੇ ਨਾਂ ਦੇ ਵਿੱਚ ਸਿੰਘ ਲਿਖਣਾ ਪਏਗਾ, ਨਾਂ ਦੇ ਪਿੱਛੇ ਸਿੰਘ, ਹਰਬੰਸ ਸਿੰਘ ਹੈ, ਭਾਵੇਂ ਜਵਾਹਰ ਸਿੰਘ ਹੈ, ਭਾਵੇਂ ਪ੍ਰਤਾਪ ਸਿੰਘ ਹੈ, ਭਾਵੇਂ ਕੋਈ ਸਿੰਘ, ਔਰਤ ਹੋਏਗੀ ਉਹਨੂੰ ਕੌਣ ਲਿਖਣਾ ਪਏ। ਇਹ ਪਹਿਲਾ ਮੁੱਖ ਮੰਤਰੀ ਆਇਆ ਪੰਜਾਬ ਦੇ ਵਿੱਚ ਮੈਜੋਰਟੀ ਸਿੱਖ, ਜਿੱਥੇ ਭਗਵੰਤ ਮਾਨ ਲਿਖਿਆ ਜਾਂਦਾ ਸਿੰਘ ਹੈ ਨਹੀਂ। ਇਹ ਪਹਿਲਾ ਮੁੱਖ ਮੰਤਰੀ ਹੈ ਜਿਹਦੇ ਸਿਰ ਤੇ ਦਸਤਾਰ ਹੈ, ਸਿਰ ਤੇ ਕੇਸ ਹੈ ਨਹੀਂ, ਨਾਂ ਵਿੱਚ ਸਿੰਘ ਹੈ ਨਹੀਂ, ਦਸਤਾਰ ਦੇ ਥੱਲੇ ਕੇਸ ਹੈ। ਹੁਣ 4 ਦਿਨ ਪਹਿਲੇ ਤੁਹਾਨੂੰ ਪਤਾ ਸ਼ਾਮ ਨੂੰ 6 ਵਜੇ ਇੱਕ ਸਪੈਸ਼ਲ ਦਵਾਈ ਪੀਤਾ ਜਿਹਦੇ ਨਾਲ ਰੈਡੀਏਟਰ ਗਰਮ ਹੋ ਜਾਂਦਾ ਗੱਡੀ, ਕਈ ਗੱਲ ਤੁਸੀਂ ਆ ਪਿੰਡਾਂ ਦੇ ਰੁੱਤੇ ਚਾਹੁੰਦੇ ਤੇ ਸਵਾਰੀਆਂ ਬਾਹਰ ਚੜ ਜਾਂਦੀਆਂ, ਉਹਦਾ ਇੰਜਣ ਗਰਮ ਹੋ ਜਾਂਦਾ, ਕਾਲਾ ਧੂੰਆਂ ਛੱਡਣਾ ਸ਼ੁਰੂ ਕਰ ਦਿੰਦਾ। ਹੁਣ ਇਹਨੇ ਦਵਾਈ ਪੀਤੀ ਸੀ, ਅਗਲੇ ਦਿਨ ਇਹਨੇ ਰੋਡ ਸ਼ੋ ਕੀਤਾ ਅੰਮ੍ਰਿਤਸਰ ਚ, ਇੰਜਣ ਗਰਮ ਹੋ ਗਿਆ, ਪਾਣੀ ਦੀ ਬੋਤਲ ਮੰਗਵਾਈ, ਪਹਿਲੇ ਦੁੱਧ ਪੀਤੀ, ਰੇਡੀਏਟਰ ਵਿੱਚ ਪਾਣੀ ਪਾਇਆ, ਫਿਰ ਮੂੰਹ ਧੋਤਾ, ਫਿਰ ਜਿਹੜੀ ਬਕਾਇਆ ਲੱਗੀ ਸੀ ਸਿਰ ਦੇ ਵਿੱਚ ਸਿੱਧੀ ਸੁਣ, ਅਗਲੇ ਵੇਖਿਆ ਕਰੀ ਜਿਹਨਾਂ ਵੇਖਿਆ ਹੱਥ ਮੇਰਾ ਕਰ,
ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਦਸਤਾਰ ਜਿਹੜੀ ਉਹਦੀ ਅਹਿਮੀਅਤ ਕੀ ਹੈ, ਗੁਰੂ ਮਹਾਰਾਜ ਸਾਹਿਬ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਸਿੰਬਲ ਕਿਹੜੀ ਗੱਲ, ਸਾਰੀ ਦੁਨੀਆਂ ਦੇ ਵਿੱਚ ਇਹ ਸਿੰਬਲ ਜਿੱਥੇ ਵੀ ਇਨਜਸਟਿਸ ਹੁੰਦੀ ਖਿਲਾਫ ਲੜਾਈ ਲੜਨ ਵਾਸਤੇ ਦਸਤਾਰ ਵਾਲੇ ਕੋਲ ਔਰਤਾਂ ਬੈਠੀਆਂ ਗੱਡੀ ਚ ਔਰਤਾਂ ਬੈਠੀਆਂ ਬਸ ਉਸੇ ਟਾਈਮ ਫਿਰਦੀ ਹੈ ਕਿਸੇ ਦਾ ਆ ਕੇ ਸਾਡੇ ਵਿੱਚ ਬਹਿ ਗਿਆ ਸਾਨੂੰ ਹੁਣ ਕੋਈ ਖਤਰਾ ਨਹੀਂ। ਸਾਡਾ ਮੁੱਖ ਮੰਤਰੀ ਨਾਂ ਵਿੱਚ ਸਿੰਘ ਨਹੀਂ ਦਸਤਾਰ ਤਲੇ ਕੇਸ ਨੇ ਇੰਜਣੇ ਦਾ ਸ਼ਾਮ ਦੇ 6 ਵਜੇ ਤੋਂ ਬਾਅਦ ਗਰਮ ਹੋਣਾ ਸ਼ੁਰੂ ਹੋ ਜਾਂਦਾ, ਰੇਡੀਏਟਰ ਠੰਡਾ ਕਰਨ ਵਾਸਤੇ ਪਾਣੀ ਦੀ ਬੋਤਲ ਦਸਤਾਰ ਦੇ ਵਿੱਚ ਪਾਈ ਪੈ ਗਈ ਅੱਜ ਤੱਕ ਕੋਈ ਅਨਪੜ੍ਹ ਤੋਂ ਅਨਪੜ੍ਹ ਬੰਦਾ ਨਹੀਂ ਇਹੋ ਜਿਹਾ ਮੈਂ ਦੇਖਿਆ ਜਿਹੜਾ ਏਦਾਂ ਚਾਹੇ ਲੋਕ। ਜਿਸ ਆਦਮੀ ਨੂੰ ਦਸਤਾਰ ਦੀ ਇੱਜ਼ਤ ਨਹੀਂ, ਕੌਮ ਦੀ ਇੱਜ਼ਤ ਨਹੀਂ, ਗੁਰੂ ਮਹਾਰਾਜ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਵਾਸਤੇ ਤਿਆਰ ਨਹੀਂ, ਕੀ ਪੰਜਾਬ ਇਹਨਾਂ ਲੋਕਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੋ ਸਕਦਾ। ਇਹਨਾਂ ਦੇ ਇੱਕ MLA ਨੇ ਉਹਨੇ ਪਿੱਛੇ ਬਿਆਨ ਦਿੱਤਾ ਮੈਨੂੰ ਦਲਿਤ MLA ਹੋ ਕੇ ਕਹਿੰਦਾ ਵੀ ਮੈਨੂੰ ਇਹਨਾਂ ਡਿਪਟੀ CM ਬਣਾਉਣ ਦਾ ਵਾਅਦਾ ਕੀਤਾ। ਚਲੋ ਉਹਨੇ ਆਪਣੀ ਕਾਮਯਾਬੀ ਦਾ ਸਬੂਤ ਦਿੰਦੇ ਹੋਏ ਇੱਕ ਬਿਆਨ ਦਿੱਤਾ ਕਿ ਮੈਂ ਮੰਗ ਕਰਾਂਗਾ ਗਵਰਨਮੈਂਟ ਆਫ ਇੰਡੀਆ ਤੋਂ ਕਿ ਗਊ ਮਾਤਾ ਜਿਹੜੀ ਸਾਡੀ ਇਹਨੂੰ ਰਾਸ਼ਟਰੀ ਪੰਛੀ ਦਾ ਖਿਤਾਬ ਦਿੱਤਾ। ਤੁਹਾਨੂੰ ਸਮਝ ਹੀ ਨਹੀਂ ਆਇਆ ਗਊ ਮਾਤਾ ਰਾਸ਼ਟਰੀ ਪੰਛੀ ਹੋ ਸਕਦੀ ਹੈ, ਪੰਛੀ ਦੇ ਬੰਦਾ ਵਾਲੇ ਕਿ ਰਾਸ਼ਟਰੀ ਪੰਛੀ ਦਾ ਖਿਤਾਬ ਦਿੱਤਾ ਤੇ ਮਾਰੇ ਮਾਰੇ ਜਾਈਏ ਇਹਨਾਂ ਤੋਂ ਕੀ ਲੱਭਦੇ। ਆ ਸਰਪੰਚਾਂ ਸਾਡੇ ਨੇ ਸਵੇਰੇ ਗਏ ਸ਼ਾਮ ਨੂੰ ਆ ਗਏ ਇਹਨਾਂ ਨੂੰ ਪਤਾ ਸੀ। ਆ ਜਿਹੜਾ ਛੋਟਾ ਜਿਹਾ ਖਰਗੋਸ਼ ਮੇਰੇ ਸਾਹਮਣੇ ਡਾਇਆ ਤੇ ਬੇਚਾਰਾ ਕਦੀ ਇਲੈਕਸ਼ਨ ਦੇ ਵਿੱਚ ਨੋਰਮਲੀ ਕੱਪੜੇ ਝਾੜ ਕੇ ਬਾਹਰ ਨਿਕਲਦੇ ਆ ਜਿਹੜਾ ਛੋਟਾ ਜਿਹਾ ਮੇਰੇ ਇੱਥੇ ਗਿਆ ਮੈਨੂੰ ਗੱਡੀ ਆ ਸਾਹਮਣੇ ਤੁਹਾਡੇ ਡਿਫੈਂਡਰ ਨੂੰ ਰੋਕੀ ਹੈ ਤੈਨੂੰ ਗੱਡੀ ਕੀ ਕਰੀ ਜਿੰਨੀ ਵਾਰ ਅਸੀਂ ਝਗੜਾ ਲਾ ਦਿੱਤੀ ਸਰਦਾਰ ਪ੍ਰਤਾਪ ਸਿੰਘ ਬਾਜਾ ਜ਼ਿੰਦਾਬਾਦ। ਸੋ ਮੈਂ ਆਪਣੇ ਸਾਰੇ ਸਾਥੀਆਂ ਨੂੰ ਗੁਜ਼ਾਰਿਸ਼ ਕਰੂੰ ਤਗੜੇ ਹੋ ਸਮੁੱਚਾ ਪੰਜਾਬ ਅੱਜ ਕਾਂਗਰਸ ਦੇ ਹੱਕ 'ਚ ਪਕੜਾ ਜਾ। ਮੈਂ ਇੱਕ ਤੁਹਾਨੂੰ ਅਖੀਰ ਤੇ ਗੱਲ ਕਹਿ ਕੇ ਖਤਮ ਕਰ ਲਈ। ਕੇਜਰੀਵਾਲ ਸਾਹਿਬ ਨੇ ਜਿਹੜੇ ਇਹਨਾਂ ਦੇ ਕਨਵੀਨਰ ਮਮਤਾ ਬੈਨਰਜੀ ਚੀਫ ਮਿਨਿਸਟਰ ਵੈਸਟ ਬੰਗਾਲ ਨੇ, ਉਧਵ ਠਾਕਰੇ ਸਾਹਿਬ ਜਿਹੜੇ ਸ਼ਿਵ ਸੈਨਾ ਦੇ ਚੀਫ ਨੇ ਮਹਾਰਾਸ਼ਟਰ ਦੇ CM ਸਨ, ਉਹਨਾਂ ਪਟਨਾ ਦੀ ਰੈਲੀ ਵਿੱਚ ਇਹ ਗੱਲ ਕਹੀ ਕਿ ਜੇ ਇੰਡੀਆ ਬਲੋਕ ਤੋਂ ਮੈਜੋਰਟੀ ਆ ਗਈ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਵਾਂਗੇ। ਤੁਸੀਂ ਸੁਣਿਆ ਹੋਣਾ ਸਾਰਾ ਸੁਣਿਆ ਕਿ ਜੇ ਸਾਡਾ ਹੀ ਪ੍ਰਧਾਨ ਮੰਤਰੀ ਬਣਾਉਣਾ ਕਪਤਾਨ ਸਾਹਿਬ ਫਿਰ ਸਿੱਧੀਆਂ ਵੋਟਾਂ ਸਾਨੂੰ ਪਾਓ, ਇਹ ਝਾੜੂ ਵਾਲਿਆਂ ਨੂੰ ਕਿਹੜੀ ਗੱਲੋਂ ਵੋਟਾਂ ਪਾਣੀ, ਇਹ ਤਾਂ ਮੈਂ ਗਲਤੀ ਕਰਨੀ ਇਤਿਹਾਸਿਕ ਗਲਤੀ। ਨਾ ਇਹਨਾਂ ਦੇ ਵਿੱਚ ਕੋਈ ਦੂਰ ਅੰਦੇਸ਼ੀ, ਨਾ ਇਹਨਾਂ ਵਿੱਚ ਕੋਈ ਕਾਬਲੀਅਤ, ਨਾ ਇਹਨਾਂ ਚ ਸਰਕਾਰ ਚਲਾਉਣ ਦਾ ਕੋਈ ਮਨਸੂਬਾ ਇਹਨਾਂ ਕੋਲ। ਇਹੀ ਮੁੱਖ ਮੰਤਰੀ ਕਹਿੰਦਾ ਸੀ ਜਿਹਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲੋ, 1100 ਬੰਦਾ ਸਿਕਿਉਰਿਟੀ ਇਹਦੇ ਦੌਰਾਨ ਜਿਹੜੇ ਵੀਰੋ 1100 ਬੰਦਾ ਚਾਰ ਜੀਆਂ ਨੂੰ ਬਚਾਉਣ ਵਾਸਤੇ ਸਿਕਿਉਰਿਟੀ ਚ ਭਗਵੰਤ ਦੇ ਹੈ। ਗੁਰਦਾਸਪੁਰ ਸਾਰਾ ਜ਼ਿਲ੍ਹਾ ਜਿੱਥੇ 25 ਲੱਖ ਲੋਕ ਰਹਿੰਦੇ ਨੇ, ਸਾਡੇ ਜਿਹੜਾ ਪੁਲਿਸ ਡਿਸਟ੍ਰਿਕਟ SSP ਕੋਲ 1200 ਬੰਦਾ ਤੁਹਾਡੀ ਹਿਮਾਚਲ ਵਾਸਤੇ, 25 ਲੱਖ ਬੰਦੇ ਦੀ ਹਿਮਾਚਲ ਵਾਸਤੇ 1200 ਬੰਦਾ, ਚਾਰ ਤੀਆਂ ਦੀ ਹਿਮਾਚਲ ਵਾਸਤੇ 1100 ਬੰਦਾ। ਅਮਰਿੰਦਰ ਸਿੰਘ ਜਿਹੜਾ ਬਾਅਦ ਦਾ ਪਟਿਆਲਾ ਸੀ ਉਹਦੇ ਕਾਬਲੇ ਚ 122 ਗੱਡੀਆਂ ਚੱਲਦੀਆਂ। ਇਹ ਜਿਹੜਾ ਸਧਾਰਨ ਕਹਿੰਦੇ ਪਿੰਡਾਂ ਦੀ ਸੱਥਾਂ ਚੋਂ ਸਾਡੀ ਸਰਕਾਰ ਚੱਲੇਗੀ, ਇਹਦੇ 142 ਗੱਡੀਆਂ ਕਾਬਲੇ ਚੱਲਦੀ ਜਿਹੜੀ RTI ਚੋਂ ਮੈਂ ਰਿਪੋਰਟ ਕੀਤੀ, ਤਾਂ ਹੀ ਮੈਨੂੰ ਨਵਾਂ ਮਹਾਰਾਜ ਦਾ ਸਤੌਲ ਦਾ ਨਾਮ ਦਿੱਤਾ। ਉਹ ਪਟਿਆਲੇ ਦਾ ਸੀ, ਇਹ ਉਹਦਾ ਸੀ। ਕੈਪਟਨ ਨੇ 2 ਸਰਕਾਰੀ ਘਰ ਰੱਖੇ ਸੀ, ਉਹਦੀ ਮਜਬੂਰੀ ਸੀ ਦੂਜਾ ਰੱਖਣਾ, ਇਹਨੇ 5 ਰੱਖੇ, ਇਹ ਵੀ ਦੱਸੇ 5 ਕਿਹਦੇ ਵਾਸਤੇ ਰੱਖੇ।
ਉਹਦਾ ਤਾਂ ਪਤਾ ਸੀ ਸਭ ਕੁਝ ਕਹਿੰਦੇ ਵਾਸਤੇ ਇਹ ਵੀ ਦੱਸੇ ਮੁੰਡਾ ਜਿਹੜਾ 6 ਵਜੇ ਗਰਮ ਹੋ ਜਾਂਦਾ ਘਾੜੇ ਨੂੰ ਮੰਨ ਚਾਹੀਦੇ। ਇਸ ਗੱਲ ਕਾਰਨ ਕਿਰਪਾ ਕਰਕੇ ਹੱਥ ਜੋੜ ਕੇ ਗੁਜ਼ਾਰਿਸ਼ ਸਰਪੰਚਾਂ ਨੂੰ ਪੰਚਾਂ ਨੂੰ ਇਹ ਜੇ ਮੋਦੀ ਰਹਿ ਗਿਆ ਤੇ ਨਾ ਤੁਹਾਡੀ ਨਾ ਸਾਡੀ ਇਸ ਤੋਂ ਨਾ ਕੋਈ ਗੌਰਮੈਂਟ ਬਣਦੀ ਜੇ ਆਪਣਾ ਕੀਮਤੀ ਵੋਟ ਜ਼ਾਇਆ ਨਾ ਕਰ ਤੇ ਨਾ ਇਹਨੇ ਜੋ ਕਿ ਹਜੇ ਤੁਹਾਡਾ ਦਾਸ ਸਾਹਮਣੇ ਖੜੋਤਾ ਗੁਰੂ ਮਹਾਰਾਜ ਸਾਹਿਬ ਕੋ ਹਾਜ਼ਰ ਨਾਜ਼ਰ ਕਰਕੇ ਮੈਂ ਇਹ ਗੱਲ ਕਹਿ ਸਕਦਾ ਜਦੋਂ ਵੀ ਇਲੈਕਸ਼ਨਾਂ ਹੋਈਆਂ ਕਿਤੇ ਵੀ ਜ਼ਿਆਦਤੀ ਤੁਹਾਡਾ ਦਾਸ ਨਹੀਂ ਹੁੰਦੇ। ਹਾਂ ਜੇ ਕੋਈ ਵੋਟ ਹੈ ਉਹਦਾ ਤਾਂ ਮੈਂ ਕਹਿ ਕੁਝ ਨਹੀਂ ਸਕਦਾ ਪਰ ਵੋਟਾਂ ਵਾਲਾ ਨਾ ਮੈਂ ਕਾਲੇ ਦੇ ਰਿਜੈਕਟ ਹੋ ਜਾਵਾਂ ਨਾ ਇਹ ਸਰਕਾਰ ਦੀ ਤਾਕਤ ਹੈ ਪ੍ਰਤਾਪ ਸਿੰਘ ਬਾਦਲ ਦੇ ਏਰੀਏ ਕਿਸੇ ਵੀ ਸਰਪੰਚ ਜਾਂ ਪੰਚ ਦਾ ਕਾਲੇ ਦੇ ਰਿਜੈਕਟ ਕਰ ਸਕੇ ਜਾਂ ਵੀਡੀਓ ਬਲੌਕ ਨੂੰ ਉਡੀਕੀ ਹੋ ਸਕੇ ਇਹ ਮੇਰੀ ਵਚਨਬੱਧਤਾ ਕਰ ਕਹਿੰਦੇ ਹੋ ਕੰਮ ਕਰੋ ਆਪਣੇ ਆਪਣੇ ਵੋਟ ਜਿਤਾਈਏ ਆਪਣੀ ਸਰਕਾਰ ਬਣਾਈਏ ਗੁਰਦਾਸਪੁਰ ਦੇ ਬਕਾਇਆ ਕੰਮ ਅਸੀਂ ਕਰਾਈਏ ਤੁਹਾਡੇ ਆਪ ਤੁਸੀਂ ਹੁਣ ਫਲਾਈਓਵਰ ਦੀ ਗੱਲ ਕੀਤੀ ਇਹ ਸਾਰਿਆਂ ਨੂੰ ਨੇਪਰੇ ਚਾਹੀਏ ਹੋਰ ਵੀ ਜੋ ਜੋ ਜਿੱਥੇ ਚਾਹੀਦਾ ਹੋਵੇ ਮੈਂ ਬੈਠਣ ਵਾਸਤੇ ਦੇਵਾਂਗੀ। ਇਸ ਏਰੀਏ ਵਿੱਚ ਮੇਰੀ ਪੁਰਜ਼ੋਰ ਕੋਸ਼ਿਸ਼ ਹੋਏਗੀ ਮੇਰੀ ਗੱਲ ਸੁਣੋ ਕਿ ਜਿਹੜਾ ਮੈਡੀਕਲ ਕਾਲਜ ਹੈ ਸਾਡੀ ਪੁਰਜ਼ੋਰ ਕੋਸ਼ਿਸ਼ ਹੋਏਗੀ ਜੇ ਮੈਡੀਕਲ ਕਾਲਜ ਆਏ ਉਹ ਸੋਹਣ ਵਰਗੇ ਪਏ ਤੁਹਾਡੇ ਕੋਲ ਸਰਕਾਰੀ ਅਤੇ ਐਗਰੀਕਲਚਰ ਦੀ ਜ਼ਮੀਨ ਪੈਸਾ 25 ਕਿੱਲੇ ਪੈ ਗਈ ਕਿੰਨੀ ਹੈ 25 ਕਿੱਲੇ 25 ਕਿੱਲੇ ਮੈਡੀਕਲ ਕਾਲਜ ਵਾਸਤੇ ਚਾਹੀਦੇ 10 ਕਿਲੋਮੀਟਰ ਗੁਰਦਾਸਪੁਰ 5 ਕਿਲੋਮੀਟਰ ਇੱਥੋਂ ਆ ਤੁਹਾਡਾ ਆਪਣਾ ਧੰਨਵਾਦ 15 ਕਿਲੋਮੀਟਰ ਬਟਾਲਾ ਇੱਥੇ ਜੇ ਕੋਈ ਮੈਡੀਕਲ ਕਾਲਜ ਬਣੇਗਾ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਾਦੀਆਂ ਹੋ ਜੇ ਧੰਨਵਾਦ ਹੋ ਜੇ ਸ੍ਰੀ ਹਰਿਮੰਦਰਪੁਰ ਹੋ ਜੇ ਜਿੰਨੇ ਕਸਬੇ ਹੋ ਜੇ ਇਹ ਸਾਲ ਨੂੰ ਬੈਸਟ ਬਣ ਜੋ ਸਹੀ ਹੈ ਕਿ ਨਹੀਂ ਤੁਹਾਡੇ ਦਾਸ ਦੀ ਪ੍ਰਜੋਰ ਕੋਸ਼ਿਸ਼ ਹੋਏਗੀ। ਇੱਕ ਹੋਰ ਮੈਂ ਦੱਸਾਂ ਗੁਰੂ ਮਹਾਰਾਜ ਸਾਹਿਬ ਨੇ ਅਪਾਰ ਕਿਰਪਾ ਕਰਨੀ ਲਵਰਦਾਸ ਜੀ ਆਉਂਦੇ ਸਾਲਾਂ ਦੇ ਵਿੱਚ ਤਾਕਤ ਇੱਥੇ ਤੁਹਾਡੇ ਏਰੀਏ ਚ ਪੰਜਾਬ ਦੀ ਆਉਣ ਵਾਲੀ ਤਾਕਤ ਜਿਹੜੀ ਹੈ ਤੁਹਾਡੇ ਹਲਕੇ ਜਾਣੀ ਹੈ ਇਸ਼ਾਰਾ ਮੇਰਾ ਜੇ ਚਾਹੁੰਦੇ ਹੋ ਕਿ ਹਰ ਕਿਸਮ ਦਾ ਫਲਾਈਓਵਰ ਸੜਕਾਂ ਹੋਣ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਆਪਣਾ ਪਛੜਾਪਣ ਸਾਰੇ ਏਰੀਏ ਦਾ ਤੇ ਬਾਰਡਰ ਏਰੀਏ ਦਾ ਕੱਢਿਆ ਜਾਏ ਕਿਰਪਾ ਕਰ ਕਿਉਂਕਿ ਤੁਹਾਡੇ ਦਾਸ ਨੂੰ ਬਹੁਤਾ ਵਕਤ ਹੁਣ ਆਪਣੇ ਏਰੀਏ 'ਚ ਨਹੀਂ ਮਿਲਦਾ ਲਗਾਤਾਰ ਤੁਹਾਨੂੰ ਬਾਕੀ ਪੰਜਾਬ ਦੇ ਸਾਰੇ ਹਲਕਿਆਂ ਜਾਣਾ ਪੈਣਾ ਕਿਰਪਾ ਕਰਕੇ ਆਪਣੀ ਆਪਣੀ ਬੂਥ ਹੀ ਆਪਾਂ ਸਾਂਭੀ ਰੰਧਾਵਾ ਸਾਹਿਬ ਨੂੰ ਵੱਡੇ ਪੈਮਾਨੇ ਤੇ ਵੇਖੋ ਮੇਰਾ ਕੰਪੀਟੀਸ਼ਨ ਉਹਨਾਂ ਨਾਲ ਉਹ ਕੈਂਡੀਡੇਟ ਨੇ ਡੇਰਾ ਬਾਬਾ ਨਾਨਕ ਤੋਂ ਤੇ ਅਸੀਂ ਆ ਕਾਦੀ ਮੈਂ ਚਾਹੁੰਦਾ ਕਿ ਸਾਡੀ ਵੋਟ ਜਿਹੜੀ ਡੇਰਾ ਬਾਬਾ ਨਾਨਕ ਤੋਂ ਵੱਧ ਨਿਕਲੀ ਤਾਂ ਹੀ ਸਾਡੀ ਇੱਜ਼ਤ ਤਾਂ ਹੀ ਪਾਰਟੀ ਦੀ ਗੱਲ ਬਣਦੀ ਹੈ ਤੇ ਬਾਜਵਾ ਸਾਹਿਬ ਨੇ ਵੇਖੋ ਜ਼ੋਰ ਉਹਨਾਂ ਦੇ ਸਾਥੀਆਂ ਨੇ ਲਾਇਆ ਰੰਧਾਵਾ ਸਾਹਿਬ ਦੇ ਆਪਣੇ ਏਰੀਏ ਤੋਂ ਵੱਧ ਉੱਠਣਾ ਸਾਨੂੰ ਤੋ ਇਹ ਹੱਦੀ ਕੰਪੀਟੀਸ਼ਨ ਦੇ ਵਿੱਚ ਹੈਗਾ ਤੋ ਮੈਂ ਚਾਹਾਂਗਾ ਤਗੜੇ ਹੋ ਕੇ ਕਰੋ ਇਹਦੇ ਨਾਲ ਮੇਰੀ ਇੱਜ਼ਤ ਤੇ ਇਹਦੇ ਨਾਲ ਤੁਹਾਡੀ ਇੱਜ਼ਤ ਤੇ ਇਸੇ ਨਾਲ ਹੀ ਪਾਰਟੀ ਚ ਵਿਕਾਰ ਹੋਣ ਤੁਹਾਡੇ ਸਾਥੀ ਦਾ ਬਣਦਾ ਤੋ ਇੱਦਾਂ ਹੀ ਕਹਿੰਦਾ ਹੋਇਆ ਮੇਰੀ ਕੋ ਗੁਜ਼ਾਰਿਸ਼ ਹੈ ਸਾਰੇ ਜ਼ਿਲ੍ਹਿਆਂ ਨੂੰ ਜਿੰਨੇ ਵੀ ਸਰਪੰਚ ਪੰਚ ਆਏ ਕੱਲ ਤੋਂ ਹੀ ਹਾਊਸ ਟੂ ਹਾਊਸ ਪਿੰਡ ਚ ਦੇ ਰਹੇ ਹੋ ਡੇਰੀ ਸਰਪੰਚ ਸਾਹਿਬ ਸਾਰੇ ਡੇਰਿਆਂ ਤੇ ਝੋਲੀ ਅੱਡ ਕੇ ਉਹਨਾਂ ਘਰਾਂ ਤੱਕ ਵੀ ਜਾਓ ਜਿਹੜੇ ਆਪਾਂ ਨੂੰ ਨਹੀਂ ਵੋਟਾਂ ਐਸੇ ਬਹੁਤ ਸਾਰੇ ਲੋਕ ਮੋਦੀ ਨੂੰ ਰੋਕਣ ਵਾਸਤੇ ਤੁਹਾਡੇ ਵੱਲ ਆਉਣ ਨੂੰ ਤਿਆਰ ਹੁਣ ਜੇ ਆਪਾਂ ਜਾਂਦੇ ਹੀ ਕਿਸੇ ਕੋਲ ਨਹੀਂ ਤੇ ਫਿਰ ਉਹਨਾਂ ਲੋਕਾਂ ਦਾ ਕੁਝ ਹੋ ਇਹ ਸਰਪੰਚੀ ਦੀ ਇਲੈਕਸ਼ਨ ਨਹੀਂ ਐਮਪੀ ਦੀ ਇਲੈਕਸ਼ਨ ਆਪਾਂ ਜਿਨ੍ਹਾਂ ਨੇ ਆਪ ਨੂੰ ਵੋਟਾਂ ਪਾਈਆਂ ਅਕਾਲੀ ਦਲ ਨੂੰ ਪਾਈਆਂ ਸਾਰਿਆਂ ਕੋਲ ਜਾਓ ਤੁਸੀਂ ਹੈਰਾਨ ਹੋਵੋਗੇ ਵੱਡੇ ਪੈਮਾਨੇ ਤੇ ਲੋਕ ਹੁਣ ਚਾਹੁੰਦੇ ਸਾਡੇ ਕੋਲ ਆਏ ਕਿਸੇ ਇਹਦੇ ਨਾਲ ਹੀ ਤੁਹਾਡਾ ਰੁਤਬਾ ਬਦਲ
ਜੇ ਤੁਹਾਡੇ ਦਾਸਦਾਰ ਰੂਪਾਂ ਵਧੇ ਨਾ ਤਾਂ ਉੱਥੇ ਸਾਥੀਆਂ ਦਾ ਵੀ ਨਾਮ ਹੋ ਜਾਵੇ। ਬਟ ਇਹ ਐਫਰਟ ਕਰਨਾ ਪੈਂਦਾ ਹਰ ਘਰ ਤੱਕ ਪੈਗਾਮ ਜਿਹੜਾ ਇਹ ਜਿਹੜਾ ਤੁਹਾਡੇ ਦਾਸ ਦੇਤਾ ਤਾਂ ਪੈਗਾਮ ਦੇਣਾ ਜ਼ਰੂਰੀ ਹੈ। ਜੇ ਹਿੰਦੁਸਤਾਨ ਬਚਾਉਣਾ, ਜਮਹੂਰੀਅਤ ਬਚਾਉਣੀ ਹੈ, ਲੋਕ ਰਾਜ ਬਚਾਉਣਾ, ਆਪਣੀ ਡੈਮੋਕ੍ਰੇਸੀ ਬਚਾਉਣੀ ਹੈ, ਆਪਣੀ ਕੋਨਸਟੀਟਿਊਸ਼ਨ ਬਚਾਉਣੀ ਹੈ ਤੇ ਮੋਦੀ ਨੂੰ ਰੋਕਣਾ ਜ਼ਰੂਰੀ। ਤੇ ਮੋਦੀ ਨੂੰ ਕਦੀ ਉਹ ਪਾਰਟੀ ਹੋ ਸਕਦੀ ਜਿਹੜੀ 350 ਸੀਟ ਹਿੰਦੁਸਤਾਨ ਚ ਲੜਦੀ, ਆਪ 20 ਸੀਟਾਂ ਲੜਦੀ, 13 ਪੰਜਾਬ ਚੋਂ, 1 ਹਰਿਆਣੇ ਚੋਂ, 4 ਦਿੱਲੀ ਚੋਂ, 2 ਗੁਜਰਾਤ ਚੋਂ। ਹੁਣ ਇਹ ਕਿਹਨੂੰ ਕੀ ਰੋਕਣਗੇ? ਇਹ ਇੰਡੀਆ ਬਲੌਕ ਦੇ ਵੈਸੇ ਵੀ ਹਿੱਸੇਦਾਰ, ਅਸੀਂ ਚੇਅਰਮੈਨ ਦੇ ਮੇਰੇ ਹਿੱਸੇਦਾਰ ਤੋਂ ਇਸ ਗੱਲ ਕਾਰਨ ਖੁਦ ਕਬੂਲ ਗਏ ਨੇ ਕਿ ਕਾਂਗਰਸ ਦਾ ਅਸੀਂ ਪ੍ਰਧਾਨ ਮੰਤਰੀ ਬਣਾਉਣਾ। ਸੋ ਜਦੋਂ ਸੂਬੇ ਦੀ ਇਲੈਕਸ਼ਨ ਆਉਣਗੇ ਉਦੋਂ ਹਿਸਾਬ ਕਿਤਾਬ ਕਰ ਲਾਂਗੇ ਇਹਨਾਂ ਦਾ, ਉਦੋਂ ਜੋ ਆਪਨੇ ਕੀਤਾ ਉਹਦਾ ਹਿਸਾਬ ਕਿਤਾਬ ਉਦੋਂ ਕਰ ਲਾਂਗੇ। ਹੁਣ ਹਿਸਾਬ ਕਿਤਾਬ ਜਾਂ ਮੋਦੀ ਹੈ ਤਾਂ ਜਾਂ ਸੀ, ਕਿਰਪਾ ਕਰਕੇ ਤਗੜੇ ਹੋ ਗਏ। ਇਹ ਹੁਣ ਲੋਕਾਂ ਨੂੰ ਇਸ ਗੱਲ ਨੂੰ ਸਮਝਾਓ। ਮੈਂ ਬਹੁਤ ਤੁਹਾਡਾ ਮਸ਼ਕੂਰ ਹਾਂ, ਕੀਮਤੀ ਟਾਈਮ ਤੁਸੀਂ ਗੱਲ ਕਹਿ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।